देश विदेश विच हमदर्द टीवी देख रहे सारे दर्शकों का स्वागत है। मैं सतविंदर सैनी। दोस्तों आज साडे स्टूडियो दे विच पहुंचे ने ओ फनकार जिहड़े हमेशा पंजाबी दी पंजाबीयत दी ते पंजाबी सभ्याचार दी गल करदे ने ते इसलिए दर्शकों का उन्हां नूं खासा प्यार मिल रहा। जी हाँ, मैं गल कर रही हाँ रविंदर ग्रेवाल जी दी। ग्रेवाल जी, स्टूडियो पहुंचण ते तुहाडा बहुत स्वागत है। बहुत बहुत शुक्रिया जी, और हमदर्द टीवी देख रहे सारे दर्शकों नूं मेरे वल्लों प्यार भरी सति श्री अकाल। दर्शकों, मैं तुहानूं दसना चाहुंदी हाँ कि इन्हां दी फिल्म आ रही है जज सिंह LLB, इसलिए अज साडे स्टूडियो दे विच पहुंचे ने। ਰਵਿੰਦਰ ਜੀ, ਗੱਲ ਕਰੀਏ ਤੁਹਾਡੀ ਫਿਲਮ ਦੀ ਜਜ ਸਿੰਘ LLB, ਨਾਮ ਹੀ ਬੜਾ ਕੰਪਲੀਕੇਟਿਡ ਜਿਹਾ ਲੱਗਦਾ ਹੈ। ਕੀ ਸੋਚ ਸੀਗੀ ਜਦੋਂ ਤੁਸੀਂ ਇਹਦਾ ਨਾਮ ਰੱਖਿਆ? ਐਕਚੁਅਲੀ ਇਹ ਸਾਡਾ ਥੋੜ੍ਹੀ ਕੋਰਟ ਰੂਮ ਡਰਾਮਾ ਹੈਗੀ ਹੈ, ਜਿਹੜੀ ਮੇਰਾ ਖਿਆਲ ਫਸਟ ਟਾਈਮ ਪੰਜਾਬੀ ਸਿਨੇਮਾ ਦੇ ਵਿੱਚ ਇੱਦਾਂ ਦੀ ਫਿਲਮ ਆ ਰਹੀ ਹੈ। ਔਰ ਅਸੀਂ ਚਾਹੁੰਦੇ ਸੀ ਕਿ ਫਿਰ ਹੁਣ ਜਿੱਦਾਂ ਜੱਜ ਸਿੰਘ LLB ਤੋਂ ਹੀ ਕਲੀਅਰ ਹੋ ਰਿਹਾ ਕਿ ਕਾਹਦੇ ਬਾਰੇ ਆ ਫਿਲਮ, ਤੋ ਅਸੀਂ ਫਿਰ ਉਹ ਨਾਲ ਕੇ ਰਿਲੇਟ ਹੋ ਜਾਵੇ ਔਰ ਨਾ ਹੀ ਸਾਰਾ ਕੁਛ ਕਲੀਅਰ ਕਰ ਜਾਵੇ। ਇਸ ਕਰਕੇ ਮੁੰਡਿਆਂ ਦੇ ਨਾਂ ਹੁੰਦੇ ਵੀ ਆ ਆਮ ਜੱਜ, ਸੋ ਥੋੜ੍ਹਾ ਕਨਫਿਊਜ਼ ਕਈ ਵਾਰੀ ਬੰਦੇ ਹੋ ਜਾਂਦੇ ਕਿ ਸ਼ਾਇਦ ਮੈਂ ਜੱਜ ਹਾਂ, ਬਟ ਮੇਰਾ ਨਾਂ ਜੱਜ ਹੈ, ਹੈ ਨਾ, ਵੈਸੇ ਮੈਂ LLB ਹਾਂ। ਸੋ ਉਹਦੇ 'ਤੇ ਉੱਪਰ ਕਿਉਂਕਿ ਸਾਡਾ ਕੁਛ ਸਬਜੈਕਟ ਇੱਦਾਂ ਦਾ ਸੀਗਾ, ਤੋ ਅਸੀਂ ਬੜਾ ਸਿਲੈਕਟ ਕਰਕੇ ਫਿਰ ਇਹ ਨਾਂ ਜਿਹੜਾ ਜੱਜ ਸਿੰਘ ਰੱਖਿਆ। ਅੱਛਾ ਜੀ, ਗੱਲ ਕਰੀਏ, ਤੁਸੀਂ ਟ੍ਰੇਲਰ ਦੇਖਿਆ ਸੀ, ਉਹਦੇ ਵਿੱਚ ਇੱਕ ਵਿਜ਼ਿਟਿੰਗ ਕਾਰਡ ਦਿਖਾ ਰਹੇ ਹੋ, ਉੱਪਰ ਲਿਖਿਆ ਜੱਜ ਸਿੰਘ LLB, ਕਿਹੜੇ ਕਿਹੜੇ ਉਹ ਮਾਮਲੇ ਹੱਲ ਕਰਦਾ, ਮਤਲਬ ਇਹਦੇ ਪਿੱਛੇ ਕੀ ਮਕਸਦ ਸੀ ਕਿ ਟ੍ਰੇਲਰ ਦੇ ਵਿੱਚ ਤੁਸੀਂ ਵਿਜ਼ਿਟਿੰਗ ਕਾਰਡ ਦਿਖਾਇਆ? ਕਿਉਂਕਿ ਇਹ ਵੀ ਆਮ ਜਦੋਂ ਪੋਸਟਰ ਸਾਡਾ ਆਉਂਦਾ ਹੈਗਾ ਜਾਂ ਟ੍ਰੇਲਰ ਆਉਂਦਾ ਤਾਂ ਮਤਲਬ ਸਿੰਪਲ ਵੀ ਲਿਖਿਆ ਜਾ ਸਕਦਾ ਸੀ ਕਿ ਮੇਰੀ ਫੋਟੋ ਹੁੰਦੀ ਔਰ ਨਾਲ ਲਿਖਿਆ ਹੁੰਦਾ ਜੱਜ ਸਿੰਘ LLB। ਸੋ ਅਸੀਂ ਕੁਛ ਕ੍ਰੀਏਟਿਵ ਜਿਹੜੀ ਸਾਡੀ ਟੀਮ ਹੈਗੀ ਆ ਉਹਨੇ ਟਰਾਈ ਕੀਤਾ ਕਿ ਨੋਰਮਲੀ ਬੰਦਾ ਜਦੋਂ ਆਪਣੇ ਬਾਰੇ ਦੱਸਦਾ ਤਾਂ ਆਪਣਾ ਜਾਂ ਕਾਰਡ ਅੱਗੇ ਕਰਦਾ ਜਾਂ ਕਿਸੇ ਨੂੰ ਅਸੀਂ ਦਿੰਦੇ ਹਾਂ, ਸੋ ਉਹ ਜੱਜ ਸਿੰਘ ਆਪਣੀ ਗੱਲ ਕਰ ਰਿਹਾ ਤਾਂ ਉਹ ਫਿਰ ਜੱਜ ਸਿੰਘ ਦਾ ਕਾਰਡ ਦਿਖਾ ਰਿਹਾ ਕਿ ਮੈਂ ਕੀ ਹੈਗਾ, ਔਰ ਜਿਹੜਾ ਟਾਈਟਲ ਹੈਗਾ ਸਾਡਾ ਉਹ ਫਿਰ ਅਸੀਂ ਵਿਜ਼ਿਟਿੰਗ ਕਾਰਡ ਦੇ ਉੱਪਰ ਲਿਖਤਾ। ਸਿੰਪਲ ਸਾਡੇ ਪੋਸਟਰ ਦੇ ਉੱਪਰ ਹੋਰ ਕਿਤੇ ਨਹੀਂ ਹੈ ਟਾਈਟਲ ਲਿਖਿਆ ਹੋਇਆ, ਉਹ ਕਾਰਡ ਨੂੰ ਹੀ ਅਸੀਂ ਟਾਈਟਲ ਬਣਾਤਾ ਫਿਲਮ ਦਾ। ਕਰਨ ਦੀ ਕੋਸ਼ਿਸ਼ ਕੀਤੀ ਆ। ਅੱਜ ਜੇ ਗੱਲ ਕਰੀਏ ਤੁਹਾਡੀ ਫਿਲਮ ਦੀ, ਸਟੋਰੀ ਕੀ ਹੈ, ਇਸ ਵਾਰੀ ਕੀ ਕਨਸੈਪਟ ਨਵਾਂ ਲੈ ਕੇ ਆਏ ਹੋ ਤੁਸੀਂ ਜੱਜ ਸਿੰਘ LLB ਦੇ ਵਿੱਚ? ਦੇਖੋ, ਵੈਸੇ ਤਾਂ ਇਹ ਸਬਜੈਕਟ ਹੀ ਨਵਾਂ ਪੰਜਾਬੀ ਸਿਨੇਮੇ ਲਈ, ਚਾਹੇ ਪਹਿਲਾਂ ਕੋਰਟ ਰੂਮ ਦੀ ਥੋੜ੍ਹੀ ਬਹੁਤ ਗੱਲ ਹੋਈ ਆ ਪੰਜਾਬੀ ਸਿਨੇਮੇ 'ਚ, ਬਟ ਮੈਂ ਸਮਝਦਾ ਕਿ ਬਹੁਤ ਨੈਚੁਰਲ ਜਾਂ ਰਿਐਲਿਟੀ ਤੋਂ ਬਹੁਤ ਦੂਰ ਸੀਗਾ ਜੋ ਪਹਿਲਾਂ ਅਗਰ ਫਿਲਮਾਂ 'ਚ ਗੱਲ ਹੋਈ ਆ। ਸੋ ਇੱਕ ਤਾਂ ਮੈਂ ਨੈਚੁਰਲ ਸਿਨੇਮੇ ਨੂੰ ਪਿਆਰ ਕਰਨ ਵਾਲਾ ਬੰਦਾ, ਔਰ ਮੈਂ ਕਿਤੇ ਵੀ ਉਹ ਜਿਹੜੀ ਚੀਜ਼ ਮਤਲਬ ਮੇਰੇ ਗੀਤਾਂ 'ਚ ਵੀ ਇੱਦਾਂ ਦਾ ਕੁਛ ਹੀ ਰਿਹਾ ਕਿ ਜਿਹੜੇ ਸ਼ਬਦਾਂ ਦੇ ਨਾਲ ਆਮ ਲੋਕ ਰਿਲੇਟ ਕਰਨ ਕਿ ਸਾਡੀ ਗੱਲ ਹੋ ਰਹੀ ਆ, ਸੋ ਮੈਂ ਗੀਤਾਂ 'ਚ ਵੀ ਉਹੀ ਟਰਾਈ ਕੀਤੀ ਆ। ਸੋ ਅਸੀਂ ਰੌਲਾ ਪੈ ਗਿਆ ਵੀ ਕੀਤੀ ਸੀ, ਉਹਦੇ 'ਚ ਵੀ ਇੱਦਾਂ ਦੀ ਸਟੋਰੀ ਸੀ। ਜਿਹੜੀ ਸਟੋਰੀ ਲਾਈਨ ਆ ਇਹਦੀ ਵੀ ਉਹ ਬੜੀ ਜ਼ਮੀਨ ਨਾਲ ਜੁੜੀ ਹੋਈ, ਔਰ ਹਰ ਬੰਦੇ ਨੂੰ ਲੱਗੂਗਾ ਕਿ ਮੇਰੀ ਸਟੋਰੀ ਚੱਲ ਰਹੀ ਆ, ਔਰ ਜੱਜ ਜਿਹੜੀਆਂ ਗੱਲਾਂ ਕਰ ਰਿਹਾ ਕੋਰਟ ਰੂਮ 'ਚ, ਹੈ ਨਾ, ਜੱਜ ਮਤਲਬ ਮੈਂ, ਜਿਹੜੇ ਜੱਜ ਸੁਣਨ ਵਾਲੇ ਆ ਉਹ ਤਾਂ ਦੂਸਰੇ ਸਾਹਮਣੇ ਬੈਠੇ ਆ, ਸੋ ਮਤਲਬ ਉਹ ਵੀ ਗੱਲਾਂ ਉਹ ਨੇ ਅਤੇ ਉਹ ਮਤਲਬ ਹਰ ਬੰਦਾ ਰਿਲੇਟ ਕਰੂਗਾ ਕਿ ਜੱਜ ਯਾਰ ਸਹੀ ਗੱਲ ਕਰ ਰਿਹਾ, ਇਹ ਇੱਦਾਂ ਹੀ ਹੋਣਾ ਚਾਹੀਦਾ, ਕਿਉਂਕਿ ਅਸੀਂ ਸਾਡੇ ਸਿਸਟਮ ਦੀ ਵੀ ਗੱਲ ਕੀਤੀ ਆ, ਜਿਹੜੀ ਸਾਡੇ ਕਰਪਸ਼ਨ ਆ ਉਹਦੀ ਵੀ ਗੱਲ ਹੁੰਦੀ ਆ, ਕਿਉਂਕਿ ਮੈਂ ਫਿਲਮ ਉਹਨੂੰ ਹੀ ਸਮਝਦਾ ਕਿ ਕੋਈ ਨਾ ਕੋਈ ਇੱਕ ਅੱਛਾ ਮੈਸੇਜ ਵੀ ਵਿੱਚ ਹੋਣਾ ਚਾਹੀਦਾ ਔਰ ਇੰਟਰਟੇਨਮੈਂਟ ਵੀ ਹੋਣਾ ਚਾਹੀਦਾ। ਸੋ ਇਹਦੇ 'ਚ ਇਹ ਦੋਨਾਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਆ, ਔਰ ਸਾਡੀ ਇਹ ਮਰਡਰ ਮਿਸਟਰੀ ਆ, ਸਸਪੈਂਸ ਡਰਾਮਾ ਹੈਗੀ ਆ, ਪਹਿਲੀ ਵਾਰੀ ਪੰਜਾਬੀ ਸਿਨੇਮੇ ਦੇ ਵਿੱਚ ਇੱਦਾਂ ਦਾ ਕੁਛ ਮਤਲਬ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋਈਆਂ। ਔਰ ਜੇ ਮੈਂ ਗੱਲ ਕਰਾਂ ਤਾਂ ਬਾਪ ਬੇਟੇ ਦੇ ਰਿਲੇਸ਼ਨਸ਼ਿਪ ਦੀ, ਸੋ ਉਹ ਜਿਹੜੀ ਮੇਰੀ ਕਮਿਸਟਰੀ ਸ਼ਰਮਾ ਜੀ, BN ਸ਼ਰਮਾ ਜੀ ਮੇਰੇ ਫਾਦਰ ਦਾ ਕਰੈਕਟਰ ਕਰ ਰਹੇ ਆ, ਸੋ ਉਹ ਫਸਟ ਟਾਈਮ ਉਹ ਵੀ ਇਹੋ ਜਿਹੇ ਕਰੈਕਟਰ ਦੇ ਵਿੱਚ ਲੋਕਾਂ ਨੂੰ ਨਜ਼ਰ ਆਉਣਗੇ। ਮਤਲਬ ਉਹ ਜਿਹੜਾ ਪਿਆਰ ਆ ਬਾਪ ਬੇਟੇ ਦਾ, ਕਿਉਂਕਿ ਜੱਜ ਦੀ ਮਾਂ ਹੈ ਨਹੀਂ ਗੀ, ਹੈ ਨਾ, ਔਰ ਬਾਪ ਨੇ ਹੀ ਉਹਨੂੰ ਪਾਲਿਆ, ਸੋ ਆਪਸ 'ਚ ਉਹਨਾਂ ਦਾ ਉਹ ਲੜਦੇ ਵੀ ਆ, ਰੋਂਦੇ ਵੀ ਆ, ਹੱਸਦੇ ਵੀ ਆ, ਸੋ ਉਹ ਚੀਜ਼ਾਂ ਜਿਹੜੀਆਂ ਮੈਂ ਕਿਤੇ ਨਾ ਕਿਤੇ ਮਤਲਬ ਮਿਸ ਕਰਦਾ, ਕਿਉਂਕਿ ਸਾਡਾ ਇਹ ਕਲਚਰ ਆ, ਹੈ ਨਾ, ਪੰਜਾਬ ਦਾ ਜਾਂ ਪੰਜਾਬੀਆਂ ਦਾ। ਤੋ ਜੇ ਬਾਪ ਨੇ ਆਪਣੇ ਬੇਟੇ ਨਾਲ ਕੋਈ ਗੱਲ ਕਰਨੀ ਆ ਤਾਂ ਉਹ ਵਾਇਆ ਮਦਰ ਹੋ ਕੇ ਜਾਂਦਾ, ਹੈ ਨਾ, ਉਹ ਮਦਰ ਨੂੰ ਕਹੂਗਾ ਕਿ ਆਪਣੇ ਬੇਟੇ ਨੂੰ ਕਹਿ, ਹਾਂ, ਅਤੇ ਉਹ ਉਹਨੂੰ ਕਹਿੰਦਾ ਅਤੇ ਉਹ ਅੱਗੇ ਉਹਨੂੰ ਕਹਿੰਦੀ ਆ ਕਿ ਤੇਰੇ ਬਾਪ ਨੇ ਕਿਹਾ, ਪਾਪਾ ਨੇ ਤੇਰੇ ਨੇ ਆਏ ਕਿਹਾ ਆਹ ਨਾ ਕਰ। ਔਰ ਅਗਰ ਬੇਟੇ ਨੇ ਕੁਛ ਬਾਪ ਨੂੰ ਕਹਿਣਾ ਹੁੰਦਾ, ਉਹ ਵੀ ਮੋਸਟਲੀ ਮੈਂ ਜ਼ਿਆਦਾਤਰ ਲੋਕਾਂ ਦੀ ਗੱਲ ਕਰਦਾ, ਸੋ ਉਹ ਮਦਰ ਨੂੰ ਕਹਿੰਦਾ ਕਿ ਪਾਪੇ ਨੂੰ ਕਹਿ ਮੈਨੂੰ ਐਂ ਕਰ, ਮਤਲਬ ਮਦਰ ਤੋਂ ਸਿਫਾਰਿਸ਼ ਉਹ ਪਵਾਉਂਦਾ। ਸੋ ਸਾਡਾ ਉਹ ਇੱਕ ਓਲਾ ਜਾਂ ਇੱਕ ਡਰ ਕਹਿ ਲਓ ਜਾਂ ਇੱਕ ਝੱਕ ਕਹਿ ਲਓ, ਉਹ ਸਾਡੇ ਰਿਸ਼ਤੇ ਦੇ ਵਿੱਚ ਹੈਗੀ ਆ। ਸੋ ਬਟ ਇਹਦੇ 'ਚ ਹੁਣ ਉਹ ਬਾਪ ਬੇਟਾ ਆਪ ਗੱਲ ਕਰ ਰਹੇ ਆ, ਔਰ ਕੁਛ ਕੁ ਸੀਨ ਇਹੋ ਜਿਹੇ ਹੈਗੇ ਆ ਜਿਨ੍ਹਾਂ 'ਤੇ ਤਾਂ ਮੈਂ ਖੁਦ ਵੀ ਰੋਇਆ ਫਿਲਮ 'ਚ, ਔਰ ਮੈਂ ਕਈ ਗੱਲਾਂ, ਕਿਉਂਕਿ ਅਸੀਂ ਮਦਰ ਦੀ ਗੱਲ ਬਹੁਤ ਹੁੰਦੀ ਹੈ ਸਾਡੇ ਕਲਚਰ 'ਚ, ਔਰ ਫਾਦਰ ਕਿਉਂਕਿ ਪਰਿਵਾਰ ਦਾ ਮੋਢੀ ਹੁੰਦਾ, ਥੰਮ ਹੁੰਦਾ,
ਸੋ ਉਹਦਾ ਥੈਂਕਸ ਬਹੁਤ ਘੱਟ ਹੁੰਦਾ ਸਾਡੇ ਗੀਤਾਂ ਦੇ ਵਿੱਚ ਵੀ, ਸਾਡੇ ਫਿਲਮਾਂ ਦੇ ਵਿੱਚ ਵੀ। ਸੋ ਅਸੀਂ ਇਹਦੇ 'ਚ ਇੱਕ ਫਾਦਰ ਦਾ ਕਰੈਕਟਰ ਅੱਗੇ ਲੈ ਕੇ ਆਉਂਦਾ ਕਹਿ ਸਕਦੇ ਹਾਂ ਕਿ ਖੂਬਸੂਰਤ ਜਿਹੜਾ ਰਿਸ਼ਤਾ ਆ ਪਿਓ ਪੁੱਤਰ ਦਾ ਉਹਨੂੰ ਦਰਸਾਇਆ ਗਿਆ ਫਿਲਮ ਦੇ ਵਿੱਚ। ਬਾਕੀ ਤੁਸੀਂ ਗੱਲ ਕੀਤੀ ਹੈ ਤੁਹਾਡੀ ਫਿਲਮ ਸੀਗੀ ਰੋੜਾ ਪੈ ਗਿਆ 2012 ਦੇ ਵਿੱਚ ਆਈ ਸੀ ਅਤੇ ਹੁਣ ਤੁਸੀਂ 2015 ਦੇ ਵਿੱਚ ਐਂਟਰੀ ਕੀਤੀ ਆ ਫਿਲਮ ਰਾਹੀਂ, ਇੰਨਾ ਗੈਪ ਕਿਉਂ ਰਿਹਾ ਇਸ ਫਿਲਮ ਦੀ ਤਿਆਰੀ ਦੇ ਵਿੱਚ? ਉਹ ਲਗਾ ਦਿੱਤਾ ਗੈਪ ਗੈਪ ਐਕਚੁਲੀ ਮੈਂ ਤਾਂ ਹਮੇਸ਼ਾ ਕੁਆਲਿਟੀ 'ਚ ਹੀ ਯਕੀਨ ਰੱਖਦਾ, ਮੈਨੂੰ ਕੁਆਂਟਿਟੀ ਨਾਲ ਕੋਈ ਫਰਕ ਨਹੀਂ ਪੈਂਦਾ। ਔਰ ਮੈਂ ਕਦੇ ਨਹੀਂ ਕੋਸ਼ਿਸ਼ ਕੀਤੀ ਕਿ ਮੈਂ ਬਹੁਤ ਫਿਲਮਾਂ ਕਰਾਂ ਜਾਂ ਮੈਂ ਬਹੁਤ ਗਾਣੇ ਰਿਲੀਜ਼ ਕਰਾਂ, ਸਿਰਫ ਮੈਨੂੰ ਇਹ ਹੁੰਦਾ ਕਿ ਜੋ ਵੀ ਕਰੀਏ ਉਹ ਚੰਗਾ ਕਰੀਏ, ਹੈ ਨਾ। ਔਰ ਰੌਲਾ ਪੈ ਗਿਆ ਤੋਂ ਬਾਅਦ 'ਚ ਕੋਈ ਮਤਲਬ ਬੜੀਆਂ ਸਿਟਿੰਗਸ ਹੋਈਆਂ, ਹੋਰ ਕਈ ਫਿਲਮਾਂ ਆ ਕੇ ਚੱਲੀਆਂ ਵੀ ਗਈਆਂ ਜਿਹੜੀਆਂ ਮੈਂ ਨਹੀਂ ਕੀਤੀਆਂ। ਸੋ ਮੈਨੂੰ ਨਹੀਂ ਠੀਕ ਲੱਗੀਆਂ ਕਿ ਮੈਂ, ਔਰ ਮੈਨੂੰ ਅੱਜ ਵੀ ਉਹ ਨਾ ਆਪਣੇ ਉਹਨਾਂ ਫੈਸਲਿਆਂ 'ਤੇ ਕੋਈ ਮਤਲਬ ਇਹ ਨਹੀਂ ਹੈ ਕਿ ਮੈਨੂੰ ਲੱਗਦਾ ਹੋਵੇ ਮੈਂ ਕਿਉਂ ਨਹੀਂ ਕੀਤੀ, ਹੈ ਨਾ। ਕਿਉਂਕਿ ਸਹੀ ਸਕ੍ਰਿਪਟ ਹੋਣੀ, ਸਹੀ ਸਬਜੈਕਟ ਹੋਣਾ, ਔਰ ਮੈਨੂੰ ਲੱਗੇ ਕਿ ਮੇਰਾ ਦਿਲ ਮੰਨੇ ਕਿ ਮੈਂ ਇਹਦੇ 'ਚ ਕੰਮ ਕਰਾਂ, ਉਹ ਬਹੁਤ ਜ਼ਰੂਰੀ ਆ। ਸੋ ਬੜੀ ਦੇਰ ਬਾਅਦ ਇਹ ਜਿਹੜਾ ਜੱਜ ਸਿੰਘ LLB ਦਾ ਸਬਜੈਕਟ, ਜਦੋਂ ਮੈਂ ਫਸਟ ਟਾਈਮ ਅਥਰਵ ਬਲੂਜਾ ਜਿਹੜਾ ਸਾਡਾ ਡਾਇਰੈਕਟਰ ਨੇ, ਸੋ ਉਹਨਾਂ ਨੇ ਮੇਰੇ ਨਾਲ ਡਿਸਕਸ ਕੀਤੀ। ਸੋ ਅਸੀਂ ਸਾਡੇ ਲੋਕ, ਅਸੀਂ ਸਾਡਾ ਕਲਚਰ ਹੈ, ਅਸੀਂ ਜੁੜੇ ਹੋਏ ਹਾਂ ਬਹੁਤ ਕੋਰਟ ਕਚਹਿਰੀਆਂ ਦੇ ਨਾਲ, ਹੈ ਨਾ। ਔਰ ਆਮ ਲੋਕਾਂ ਦੇ ਦੁੱਖ ਦਰਦ ਨੇ, 30-30 ਸਾਲ 35-35 ਸਾਲ ਲੋਕਾਂ ਨੂੰ ਲੰਘ ਜਾਂਦੇ ਆ ਕੇਸ ਲੜਦਿਆਂ ਨੂੰ, ਕੁਛ ਨਹੀਂ ਨਿਕਲਦਾ ਉਹਨਾਂ 'ਚੋਂ ਐਂਡ 'ਤੇ ਨਾ। ਸੋ ਉਹ ਗੱਲਾਂ ਅਸੀਂ ਫਿਰ ਜੱਜ ਦੇ ਮੂੰਹੋਂ ਗੱਲਾਂ ਕਰਵਾਈਆਂ ਕਿ ਆਹ ਚੀਜ਼ ਇੱਦਾਂ ਕਿਉਂ ਆ, ਨਹੀਂ ਹੋਣੀ ਚਾਹੀਦੀ, ਜਾਂ ਆਮ ਲੋਕਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਜੱਜ ਸਿੰਘ LLB ਦੇ ਵਿੱਚ ਨੇ। ਔਰ ਜਿੱਦਣ ਇਹ ਸਕ੍ਰਿਪਟ ਮੈਂ ਸੁਣੀ ਆ, ਮੇਰਾ ਖਿਆਲ ਅਸੀਂ ਉਹਦੇ ਤੋਂ ਦੂਸਰੇ ਤੀਸਰੇ ਦਿਨ ਹੀ ਡਿਸਾਈਡ ਕਰ ਲਿਆ ਸੀ ਕਿ ਅਸੀਂ ਇਹ ਫਿਲਮ ਕਰਨੀ ਆ, ਔਰ ਜਲਦੀ ਕਰਨੀ ਆ। ਮਤਲਬ ਕਿ ਜਿਹੜੀਆਂ ਨੈਚੁਰਲ ਚੀਜ਼ਾਂ ਬਾਹਰ ਹੋ ਰਹੀਆਂ ਉਹ ਤੁਸੀਂ ਫਿਲਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਡਾਇਰੈਕਟਰ ਨੇ ਫਿਲਮ ਦੇ ਅਰਥ ਬਲੂਜ਼ਾ 'ਚ ਹੀ, ਮਤਲਬ ਕਾਫੀ ਯੰਗ ਡਾਇਰੈਕਟਰ ਨੇ, ਉਹਨਾਂ ਦੇ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸ਼ੂਟ ਦੇ ਦੌਰਾਨ ਵੀ ਜਦੋਂ ਡਾਇਰੈਕਟ ਕਰਦੇ ਸੀਗੇ ਫਿਲਮ ਨੂੰ? ਅਥਰਵ ਤਾਂ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਉਹ ਤਾਂ ਮਤਲਬ ਪੂਰਾ ਕਰੂ ਆਪ ਹੀ ਆਓ, ਸੋ ਉਹਦੇ ਨੂੰ ਉਹਨੂੰ ਕੋਈ ਬਹੁਤ ਬੰਦਿਆਂ ਦੀ ਲੋੜ ਨਹੀਂ ਹੁੰਦੀ। ਸੋ ਕਈ ਵਾਰੀ ਮਤਲਬ ਇੱਦਾਂ ਦੇ ਵੀ ਸੀਨ ਵਿੱਚ ਹੁੰਦੇ ਆ ਜਿੱਥੇ ਬਹੁਤ ਘੱਟ ਮਤਲਬ ਅਸੀਂ ਕੋਈ ਵੀ ਨਹੀਂ ਹੁੰਦਾ ਸਾਡੇ ਨਾਲ, ਅਸੀਂ ਉਹੀ ਕਰਦੇ ਹਾਂ ਉਹਨੂੰ ਸ਼ੂਟ। ਸੋ ਉਹ ਬੜਾ ਕ੍ਰੀਏਟਿਵ ਬੰਦਾ, ਹਰ ਤਰੀਕੇ ਨਾਲ, ਚਾਹੇ ਕੈਮਰੇ ਤੋਂ ਲੈ ਕੇ ਐਡੀਟਿੰਗ ਤੱਕ ਹਰ ਚੀਜ਼ ਆਪ ਜਾਣਦੇ ਆ। ਔਰ ਬਾਕੀ ਪੇਸ਼ੈਂਸ ਬਹੁਤ ਆ, ਜਿਹੜੇ ਜ਼ਰੂਰੀ ਹੋਣੇ ਚਾਹੀਦੇ ਆ, ਹੈ ਨਾ, ਡਾਇਰੈਕਟਰ 'ਚ। ਔਰ ਬਾਰ ਬਾਰ ਇੱਕ ਸਿਟਿੰਗ ਬਹੁਤ ਆਉਦੀ ਬੈਠ ਕੇ ਉਸ ਚੀਜ਼ ਨੂੰ, ਔਰ ਇੱਕ ਚੀਜ਼ ਦੀਆਂ 10 ਆਪਸ਼ਨਾਂ ਸੋਚਣੀਆਂ, ਮਤਲਬ ਇੱਕ ਟਿਊਨਿੰਗ ਸਾਡੀ ਅੱਛੀ ਹੈਗੀ ਆ। ਔਰ ਮੈਂ ਵੀ ਇੱਦਾਂ ਦਈ ਹਾਂ ਕਿ ਆਰਾਮ ਨਾਲ ਕੰਮ ਕਰੀ ਜਾਣਾ, ਇੱਕ ਵਾਰੀ ਕਰ ਲਿਆ ਤਾਂ ਫਿਰ ਨਹੀਂ ਠੀਕ ਲੱਗਿਆ, ਫਿਰ ਕਰੀਏ ਦੁਬਾਰਾ। ਸੋ ਅਸੀਂ ਐਂਡ ਤੱਕ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿਹੜੀ ਵੀ ਥੋੜ੍ਹੀ ਬਹੁਤੀ ਵੀ ਕੋਈ ਕਮੀ ਰਹੀ ਆ ਉਹਨੂੰ ਅਸੀਂ ਦੂਰ ਕਰ ਦਈਏ, ਸੋ ਉਹ ਚੀਜ਼ ਸਕਰੀਨ 'ਤੇ ਫਿਰ ਦਿਖਾਈ ਦੇਵੇਗੀ ਲੋਕਾਂ ਨੂੰ। ਬਾਕੀ ਜੇ ਤੁਹਾਡੀ ਬਾਕੀ ਸਟਾਰ ਕਾਸਟ ਦੀ ਗੱਲ ਕਰੀਏ, ਸਰਦਾਰ ਸੋਹੀ ਜੀ ਨੇ, BN ਸ਼ਰਮਾ ਜੀ ਨੇ, ਅਤੇ ਹੋਰ ਵੀ ਚੰਦਰ ਪ੍ਰਭਾਕਰ ਜੀ ਜਿਹੜੇ ਕਿ ਕਮੇਡੀ ਨਾਈਟਸ ਦੇ ਵਿੱਚ ਆਏ ਸੀਗੇ, ਮਤਲਬ ਕਿੱਦਾਂ ਸਬੱਬ ਬਣਿਆ ਕਿ ਚੰਦਰ ਪ੍ਰਭਾਕਰ ਜੀ ਦਾ ਪਹਿਲਾਂ ਪੁੱਛੂੰਗੀ, ਉਹਨਾਂ ਦੇ ਨਾਲ ਕਿੱਦਾਂ ਸਬੱਬ ਬਣ ਗਏ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਲੈ ਕੇ ਆਈਏ? ਜੀ, ਚੰਦਨ ਪ੍ਰਭਾਕਰ ਹੋਰਾਂ ਨਾਲ ਅਥਰਵ ਹੋਣਾ ਦੀ ਗੱਲ ਹੋਈ ਜਦੋਂ ਉਹਨਾਂ ਨੇ ਸਟੋਰੀ ਉਹਨਾਂ ਨਾਲ ਡਿਸਕਸ ਕੀਤੀ, ਸੋ ਉਹਨਾਂ ਨੂੰ ਬੜੀ ਚੰਗੀ ਲੱਗੀ। ਉਹ ਖੁਦ ਉਹਨਾਂ ਨੇ ਇੰਟਰਸਟ ਲਿਆ ਕਿ ਮੈਂ ਆਉਣਾ ਚਾਹੁੰਦਾ ਇਹਦੇ 'ਚ, ਤੋਂ ਉਹਨਾਂ ਨੂੰ ਅਸੀਂ ਨਾਲ ਜੋੜਿਆ, ਸਾਡੀ ਟੀਮ ਦਾ ਹਿੱਸਾ ਉਹ ਬਣੇ। ਔਰ ਡਾਇਲੋਗ ਚੰਦਨ ਪ੍ਰਭਾਕਰ ਉਹਨਾਂ ਨੇ ਲਿਖੇ ਆ, ਤੋ ਮੇਰਾ ਖਿਆਲ ਤਕਰੀਬਨ 6 ਮਹੀਨੇ ਉਹਨਾਂ ਨੇ ਵੀ ਸਾਨੂੰ ਦਿੱਤੇ ਕਿ ਨਾਲ ਬੈਠੇ ਰਹੇ ਹਰ ਚੀਜ਼ 'ਚ ਆਪਣਾ। ਮਤਲਬ ਇੱਕ ਤਾਂ ਚਲੋ ਉਹਨਾਂ ਨੇ ਵਿੱਚ ਜਿਹੜਾ ਕਰੈਕਟਰ ਨਿਭਾਇਆ ਹੈਗਾ ਉਹ ਤਾਂ ਕਰ ਹੀ ਰਹੇ, ਉਹ ਮੇਰੇ ਦੋਸਤ ਦਾ ਕਰੈਕਟਰ ਵੀ ਵਿੱਚ ਪਲੇ ਕੀਤਾ ਉਹਨਾਂ ਨੇ, ਬਟ ਵੈਸੇ ਬੜੀ ਸਪੋਰਟ ਰਹੀ ਸ਼ੁਰੂ ਤੋਂ। ਔਰ ਮੈਂ ਤਾਂ ਸਾਡਾ ਸਾਰਿਆਂ ਦਾ ਹੀ ਇੰਨਾ ਜ਼ਿਆਦਾ ਪਿਆਰ ਹੈਗਾ ਆਪਸ 'ਚ ਸਾਰਿਆਂ ਨਾਲ, BN ਸ਼ਰਮਾ ਜੀ ਨਾਲ ਬੜਾ ਪਿਆਰ ਆ। ਸੋ ਉਹ ਵੀ ਅਗਰ ਸਾਡੇ ਸੈੱਟ 'ਤੇ ਆਉਂਦੇ ਆ ਜਾਂ ਅਸੀਂ ਕਦੇ ਡਿਸਕਸ ਕਰਦੇ ਹਾਂ, ਉਹ ਇਕੱਲੇ ਇੱਕ ਆਰਟਿਸਟ ਵਾਂਗੂ ਨਹੀਂ ਆਉਂਦੇ ਕਿ ਮੈਂ ਆਇਆ ਅਤੇ ਮੈਨੂੰ ਸਕ੍ਰਿਪਟ ਫੜਾਓ ਅਤੇ ਮੈਂ ਆਪਣੇ ਡਾਇਲੋਗ ਬੋਲਾਂ ਅਤੇ ਜਾਵਾਂ ਨਾ। ਸੋ ਉਹ ਪੂਰਾ ਆਪਣਾ ਮਤਲਬ ਇੰਟਰਸਟ ਲੈਂਦੇ ਆ। ਕੁਛ ਸਾਨੂੰ ਵੀ ਹੁੰਦਾ ਕਿ ਸ਼ਰਮਾ ਜੀ ਆਏ ਆ, ਅਸੀਂ ਉਹਨਾਂ ਨਾਲ ਸਕ੍ਰਿਪਟ ਵੀ ਡਿਸਕਸ ਕਰਦੇ ਹਾਂ, ਤਾਂ ਫਿਰ ਉਹ ਆਪਣੀ ਇਨਪੁੱਟ ਵੀ ਦਿੰਦੇ ਆ ਵਿੱਚ, ਯਾਰ ਇੱਥੋਂ ਆਹ ਕਰ ਲਓ ਜਾਂ ਆਹ, ਮਤਲਬ ਆਪਣਾ ਜਿੰਨਾ ਉਹ ਪਾ ਸਕਦੇ ਆ। ਸੋ ਅਸੀਂ ਸਾਰੇ ਡਿਸਕਸ ਕਰਕੇ, ਸੋਹੀ ਸਾਹਿਬ ਵੀ ਇੱਦਾਂ ਹੀ, ਉਹਨਾਂ ਨੂੰ ਵੀ ਕੋਈ ਲਾਈਨ ਨਹੀਂ ਵਿੱਚੋਂ ਚੰਗੀ ਲੱਗ ਰਹੀ ਜਾਂ ਆਪਣੇ ਵੱਲੋਂ ਉਹ ਦੱਸਦੇ ਆ ਕਿ ਮੈਂ ਇੱਥੋਂ ਆਹ ਕਰ ਸਕਦਾ, ਚਾਹੇ ਮੇਰੀ ਲਾਈਨ ਆ, ਮੈਨੂੰ ਵੀ ਉਹ ਮਤਲਬ ਦੱਸਦੇ ਆ ਕਿ ਯਾਰ ਇਹਨੂੰ ਆਹ ਕਰ ਲਾ ਤਾਂ ਹੋਰ ਚੰਗੀ ਹੋ ਜਾਏਗੀ। ਸੋ ਅਸੀਂ ਇੱਕ ਬਿਲਕੁਲ ਟੀਮ ਦੇ ਵਾਂਗੂ ਕੰਮ ਕਰਦੇ ਹਾਂ। ਗਰਵਾਲ ਜੀ, ਗੱਲਾਂ ਆਪਾਂ ਬਹੁਤ ਕਰ ਲਈਆਂ ਅਤੇ ਮੈਂ ਚਾਹੁੰਦੀ ਹਾਂ ਕਿ ਦਰਸ਼ਕਾਂ ਨੂੰ ਇੱਕ ਗਾਣਾ ਤੁਹਾਡਾ ਹੋ ਜਾਵੇ। ਥੋੜ੍ਹੇ ਦਿਨ ਪਹਿਲਾਂ ਹੀ ਤੁਹਾਡਾ ਵੈਸੇ ਗਾਣਾ ਆਇਆ ਪਰੀ, ਦਰਸ਼ਕਾਂ ਨੇ ਕਾਫੀ ਪਸੰਦ ਕੀਤਾ, ਅਤੇ 2 ਸ਼ਬਦ ਮਤਲਬ ਗਾਣੇ ਲਈ ਸੁਣਾ ਦਿੰਦਾ ਉਹਨੂੰ। ਮੈਂ ਕਹਿਣਾ ਹੁੰਦਾ ਕਿ ਇਹ ਨਾ ਇਹ ਗਾਣੇ 'ਚ ਸਿੱਧੀ ਮਤਲਬ ਫੂਕ ਹੀ ਆ, ਅਤੇ ਅਕਸਰ ਇਹ ਗੱਲਾਂ ਹੁੰਦੀਆਂ ਜਿੰਨਾ ਕੁ ਮੈਂ ਬਈ
ਕੁੜੀਆਂ ਨੂੰ ਹੁੰਦੀ ਆਦਤ ਹੈ ਨਾ ਉਹ ਤੁਹਾਨੂੰ ਵੀ ਪਤਾ ਹੋਣਾ ਕਿ ਉਹ ਪੁੱਛ ਲੈਂਦੀਆਂ ਵੀ ਦੇਖ ਮੈਂ ਹੈ ਨਾ ਵਧੀਆ ਲੱਗਦੀਆਂ ਮੈਂ ਸੋਹਣੀ ਲੱਗਦੀ ਹਰ ਇੱਕ ਚੀਜ਼ ਨੈਚੁਰਲ ਰੱਖੀ ਹੈ ਚਾਹੇ ਉਹ ਫਿਲਮ ਹੋਵੇ ਜਾਂ ਗਾਣੇ ਹੋਵੇ ਅੱਗੇ ਉਹ ਮੁੰਡਿਆਂ ਨੇ ਤਾਂ ਫਿਰ ਪੂਰੀ ਹੈ ਨਾ ਉਹ ਪੰਪ ਭਰਿਆ ਹੀ ਹੁੰਦਾ ਫਿਰ ਉਹਨਾਂ ਨੇ ਤਾਂ ਵੀ ਜਿੰਨਾ ਤਾਂ ਚੱਕਣਾ ਹੁੰਦਾ ਵੀ ਨਾ ਪਰੀ ਤਾਂ ਕਿਤੇ ਵੀ ਨਹੀਂ ਤੂੰ ਤਾਂ ਪਰੀ ਤਾਂ ਤੇਰੇ ਪੈਰ ਵਰਗੀ ਵੀ ਨਹੀਂ ਸੋ ਉੱਥੋਂ ਕੁੜੀਆਂ ਦੇ ਤਵਾ ਲਾਤਾ ਇਸ ਵਾਰੀ ਤੁਸੀਂ ਗਾਣੇ ਤੇ ਸੋ ਉੱਥੋਂ ਇਹ ਗਾਣਾ ਨਿਕਲਿਆ ਜੀ ਸ਼ਿਪਰਾ ਗੋਇਲ ਹੋਰਾਂ ਨੇ ਮੇਰੇ ਨਾਲ ਗਾਇਆ ਸੋ ਮੈਂ ਦੋ ਲਾਈਨਾਂ ਤੁਹਾਨੂੰ ਸੁਣਾ ਦਿੰਦਾ ਫੇ ਰਾਤਾਂ ਕਾਲੀਆਂ ਕਿਉਂ ਜਾਗਦਾ ਰਵੇਂ ਨੀ ਤੂੰ ਸਿਖਰ ਦੁਪਹਿਰ ਵਰਗੀ ਰਾਤਾਂ ਕਾਲੀਆਂ ਕਿਉਂ ਜਾਗਦਾ ਰਵੇਂ ਨੀ ਤੂੰ ਸਿਖਰ ਦੁਪਹਿਰ ਵਰਗੀ ਵੇ ਮੈਂ ਸੱਚੀ ਮੁੱਚੀ ਪਰੀ ਲੱਗਦੀ ਉਹ ਨਾ ਪਰੀ ਤੇਰੇ ਪੈਰ ਵਰਗੀ ਵੇ ਮੈਂ ਸੱਚੀ ਮੁੱਚੀ ਪਰੀ ਲੱਗਦੀ ਉਹ ਨਾ ਪਰੀ ਤੇਰੇ ਪੈਰ ਵਰਗੀ ਪਹਿਲੀ ਤੁਹਾਡੀ ਫਿਲਮ ਦੇ ਵਿੱਚ ਵੀ ਸੁਰਬੀ ਜੋਤੀ ਸੀ ਅਤੇ ਹੁਣ ਵੀ ਸੁਰਬੀ ਨਾਮ ਇਹ ਮਤਲਬ ਕੀ ਕੰਬੀਨੇਸ਼ਨ ਆ ਸਰ ਦੇ ਨਾਲ ਕੋਈ ਵਿਸ਼ਵਾਸ ਜੁੜਿਆ ਜਾਂ ਕੋਈ ਇਤਫਾਕ ਹੈ ਕਿ ਸੁਰਬੀ ਨਾਮ ਦੀਆਂ ਤੁਹਾਨੂੰ ਹੀਰੋਇਨ ਮਿਲ ਰਹੀਆਂ ਐਕਚੁਅਲੀ ਕਿ ਕੁਦਰਤੀ ਸਬੱਬ ਬਣ ਗਿਆ ਦੁਬਾਰਾ ਫਿਰ ਮੈਨੂੰ ਲੱਗਦਾ ਸ਼ਾਇਦ ਸਾਡੇ ਲਈ ਚੰਗੀ ਗੱਲ ਹੀ ਹੋਵੇ ਉਸ ਪਰਮਾਤਮਾ ਨੇ ਤਾਂ ਹੀ ਦੁਬਾਰਾ ਫਿਰ ਸੁਰਬੀ ਜੋਤੀ ਉਹਨਾਂ ਨੇ ਪਿਛਲੀ ਦਫ਼ਾ ਕੀਤਾ ਸੀ ਬੜਾ ਅੱਛਾ ਸਾਰਿਆਂ ਨੇ ਉਹ ਫਿਲਮ ਨੂੰ ਪਸੰਦ ਕੀਤਾ ਸੀਗਾ ਔਰ ਉਦੋਂ ਤਾਂ ਮੈਨੂੰ ਲੱਗਦਾ ਸਾਡੀ ਫਸਟ ਫਿਲਮ ਸੀਗੀ ਅਥਰਵ ਦੀ ਵੀ ਪਹਿਲੀ ਫਿਲਮ ਸੀ ਹੈ ਨਾ ਡਾਇਰੈਕਟਰ ਉਹਨੇ ਪਹਿਲੀ ਵਾਰੀ ਡਾਇਰੈਕਟ ਕੀਤੀ ਸੀ ਸੋ ਹੁਣ ਇੰਨੇ ਟਾਈਮ ਦੇ ਵਿੱਚ ਅਸੀਂ ਮੈਂ ਵੀ ਹੋਰ ਬਹੁਤ ਕੁਝ ਸਿੱਖਿਆ ਹੈ ਨਾ ਔਰ ਜਿਉਂ ਜਿਉਂ ਤੁਸੀਂ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਹਰ ਰੋਜ਼ ਬੰਦਾ ਕੁਛ ਨਵਾਂ ਸਿੱਖਦਾ ਸੋ ਅਥਰਵ ਦਾ ਵੀ ਤਜ਼ਰਬਾ ਬਹੁਤ ਹੋ ਗਿਆ ਡਾਇਰੈਕਟਰ ਦੇ ਤੌਰ 'ਤੇ ਸੋ ਇਹ ਫਿਲਮ ਤਾਂ ਮੈਂ ਅਗਰ ਡਾਇਰੈਕਸ਼ਨ ਨੂੰ ਲੈ ਕੇ ਦੇਖਾਂ ਐਕਟਿੰਗ ਨੂੰ ਲੈ ਕੇ ਦੇਖਾਂ ਤਾਂ ਮੈਂ ਅਗਰ ਰੌਲਾ ਪੈ ਗਿਆ ਨਾ ਕੰਪੇਅਰ ਕਰਾਂ ਤਾਂ ਮੈਨੂੰ ਬਹੁਤ ਵੱਡਾ ਫਰਕ ਲੱਗਦਾ ਔਰ ਦਰਸ਼ਕਾਂ ਨੂੰ ਵੀ ਉਹ ਦਿਖੂਗਾ ਬਾਕੀ ਗੱਲ ਕਰੀਏ ਤੁਹਾਡੀ ਤੁਸੀਂ ਹਮੇਸ਼ਾ ਪੰਜਾਬੀਅਤ ਦੀ ਗੱਲ ਕੀਤੀ ਹੈ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਹੈ ਪਰ ਪੰਜਾਬੀ ਤੋਂ ਹਟ ਕੇ ਥੋੜ੍ਹਾ ਜਿਹਾ ਅਲੱਗ ਤੁਸੀਂ ਇਸ ਕਰੈਕਟਰ ਦੇ ਵਿੱਚ ਆਏ ਹੋ ਕਿੰਨਾ ਕੁ ਮਿਹਨਤ ਕਰਨੀ ਪਈ ਇਸ ਕਰੈਕਟਰ ਦੇ ਵਿੱਚ ਆਉਣ ਲਈ ਸੋ ਮੈਨੂੰ ਸ਼ੌਕ ਸ਼ੁਰੂ ਤੋਂ ਆ ਮੈਂ ਥੀਏਟਰ ਨੂੰ ਪਿਆਰ ਕਰਦਾ ਮੈਂ ਕਾਲਜ ਟਾਈਮ ਸਕੂਲ ਟਾਈਮ ਕਰਦਾ ਵੀ ਰਿਹਾ ਜਿੰਨਾ ਕੁ ਉਦੋਂ ਮੌਕਾ ਮਿਲਦਾ ਸੀਗਾ ਸੋ ਔਖਾ ਤਾਂ ਹੁੰਦਾ ਬਟ ਜਦੋਂ ਤੁਸੀਂ ਇੱਕ ਚੀਜ਼ ਨੂੰ ਸਮਝ ਕੇ ਕਰਦੇ ਹੋ ਮੈਂ ਹੁਣ ਇਹਦੇ 'ਚ ਆ ਜਿਹੜਾ ਗੈਟਅਪ ਇੱਦਾਂ ਦਾ ਹੈ ਨਾ ਅਸੀਂ ਬਣਾਇਆ ਜੱਜ ਸਿੰਘ ਦਾ ਔਰ ਜਿੱਦਾਂ ਮੈਂ ਹੁਣ ਗੱਲ ਕਰ ਰਿਹਾ ਜੱਜ ਸਿੰਘ ਦਾ ਬੋਲਣ ਦਾ ਸਟਾਈਲ ਵੀ ਕੁਛ ਹੋਰ ਆ ਫਿਲਮ 'ਚ ਕਿਉਂਕਿ ਉਹ ਭੋਲਾ ਜਿਹਾ ਮੁੰਡਾ ਪਿੰਡ ਦਾ ਹੈ ਨਾ ਉਹਨੇ LLB ਕਿਤੇ ਕੀਤੀ 5-7 ਸਾਲ ਪਹਿਲਾਂ ਤੋਂ ਭੁੱਲ ਭੁਲਾ ਗਿਆ ਆਪਦਾ ਮੌਜ ਮਸਤੀਆਂ ਕਰ ਰਿਹਾ ਹੈ ਨਾ ਔਰ ਉੱਦਾਂ ਦੇ ਬਾਪ ਦੇ ਨਾਲ ਵਧੀਆ ਆਪਣਾ ਟਾਈਮ ਉਹਦਾ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਆ ਬਟ ਕੋਈ ਮੋੜ ਉਹਦੀ ਲਾਈਫ 'ਚ ਇਹੋ ਜਿਹਾ ਆਇਆ ਕਿ ਉਹਨੂੰ ਕੇਸ ਲੜਨਾ ਪੈ ਗਿਆ ਹੈ ਨਾ ਉਹ ਤਾਂ ਕਦੇ ਗਿਆ ਵੀ ਨਹੀਂ ਉਹ ਤੋਂ ਬਾਅਦ 'ਚ ਕੋਰਟ ਉਹਨੇ ਕਰਕੇ LLB ਛੱਡੀ ਹੋਈ ਆ ਬਟ ਫਿਰ ਵੀ ਉਹ ਲੜ ਰਿਹਾ ਹੈ ਨਾ ਔਰ ਜਦੋਂ ਔਰ ਹੌਲੀ 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 ਕਿੱਦਾਂ ਫਿਰ ਉਹ ਅੱਗੇ ਆਪਣਾ ਸਰਵਾਈਵ ਕਰਦਾ ਔਰ ਐਡਾ ਵੱਡਾ ਵਕੀਲ ਉਹਦੇ ਸਾਹਮਣੇ ਖੜ੍ਹਾ ਹੈ ਨਾ ਕਿਵੇਂ ਉਹ ਹਰ ਸਿਚੁਏਸ਼ਨ ਦੇ ਵਿੱਚ ਢਲਦਾ ਔਰ ਉਹ ਕੀ ਸਿੱਖਿਆ ਲੈਂਦਾ ਹਰ ਥਾਂ ਤੋਂ ਸੋ ਕਿਵੇਂ ਅੱਗੇ ਜਾਂਦਾ ਇਹ ਇਹ ਕਰੈਕਟਰ ਬੇਸਿਕਲੀ ਇਹ ਆ ਸੋ ਉਹ ਜੱਜ ਫਿਰ ਅਸੀਂ ਸ਼ੁਰੂ ਤੋਂ ਜਿਹੜਾ ਇਹ ਹੁਣ ਮੇਰੀਆਂ ਵੈਸੇ ਅੱਖਾਂ ਵੀ ਠੀਕ ਠਾਕ ਨੇ ਹੈ ਨਾ ਇਹ ਵੀ ਮੈਨੂੰ ਦਿੱਤੀਆਂ ਗਈਆਂ ਕਿ ਸਾਰੀ ਫਿਲਮ 'ਚ ਲਾਉਣੀਆਂ ਨਹੀਂ ਅਤੇ ਪੱਗ ਮੈਂ ਵਧੀਆ ਬੰਨ ਲੈਂਦਾ ਸੋ ਜਦੋਂ ਇੱਕ ਬੰਦਾ ਚੰਗੀ ਪੱਗ ਬੰਨਦਾ ਹੋਵੇ ਉਹਨੂੰ ਥੋੜ੍ਹੀ ਢਿੱਲੀ ਜਿਹੀ ਪੱਗ ਬੰਨਣੀ ਬਹੁਤ ਔਖੀ ਹੁੰਦੀ ਆ ਬਟ ਸਾਡੇ ਡਾਇਰੈਕਟਰ ਨੇ ਮੇਰੀ ਮਾੜੀ ਜੀ ਵੀ ਕਿਤੇ ਪੱਗ ਚੰਗੀ ਹੁੰਦੀ ਸੀ ਉਹ ਜਦੀ ਮੈਨੂੰ ਆ ਕੇ ਕਹਿੰਦਾ ਸੀ ਵੀ ਨਹੀਂ ਬਾਈ ਜੀ ਪਗੜੀ ਥੋੜ੍ਹੀ ਅੱਛੀ ਲੱਗ ਰਹੀ ਹੈ ਜੱਜ ਸਿੰਘ ਕੀ ਐਸੀ ਨਹੀਂ ਹੋਗੀ ਤਾਂ ਫਿਰ ਉਹਨੂੰ ਢਿੱਲੀ ਕਰਦੇ ਸੀ ਕਿਉਂਕਿ ਜੱਜ ਬੜੀ ਸਿੰਪਲ ਜੀ ਪੱਗ ਬੰਨਦਾ ਸਿੰਪਲ ਜਿਹਾ ਮੁੰਡਾ ਤੁਹਾਡੀ ਜਿਹੜੀ ਮਿਹਨਤ ਆ ਟ੍ਰੇਲਰ ਦੇ ਵਿੱਚ ਦੇਖਣ ਨੂੰ ਮਿਲ ਵੀ ਰਹੀ ਹੈ ਬਾਕੀ ਜੇ ਗੱਲ ਕਰੀਏ ਆਪਾਂ ਕੋਰਟ ਰੂਮ ਦੇਖਦੇ ਹਾਂ ਕਾਫੀ ਜਿਹੜੀਆਂ ਫਿਲਮਾਂ ਆਈਆਂ ਉਹਦੇ 'ਚ ਕੋਰਟ ਰੂਮ ਡਰਾਮਾ ਹੋਏ ਤੁਹਾਡੀ ਜਿਹੜੀ ਫਿਲਮ ਹੈ ਇਹਦੇ ਵਿੱਚ ਕੀ ਅਜਿਹਾ ਖਾਸ ਹੈ ਜਾਂ ਡਾਇਲੋਗ ਹੈ ਜਿਹੜੇ ਦਰਸ਼ਕ ਸਾਡੇ ਬਾਅਦ 'ਚ ਵੀ ਯਾਦ ਰੱਖਣਗੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਇਹ ਕਿਸੇ ਨੂੰ ਲੱਗੂਗਾ ਨਹੀਂ ਕਿ ਸਕਰੀਨ 'ਤੇ ਫਿਲਮ ਚੱਲ ਰਹੀ ਹੈ ਜਿਹੜਾ ਬੰਦਾ ਵੀ ਕੋਰਟ ਦੇ ਵਿੱਚ ਗਿਆ ਜਾਂ ਜਿਹਨੇ ਕੋਰਟ ਨਹੀਂ ਦੇਖੀ ਉਹ ਇਹ ਕੋਰਟ ਦੇਖ ਕੇ ਉਹਨੂੰ ਪਤਾ ਲੱਗ ਜੂਗਾ ਕਿ ਕੋਰਟ ਦੇ ਵਿੱਚ ਕਿੱਦਾਂ ਕੇਸ ਲੜੇ ਜਾਂਦੇ ਆ ਜਿਹੜਾ ਗਿਆ ਹੋਇਆ ਉਹਨੂੰ ਇਹ ਲੱਗੂਗਾ ਕਿ ਹਾਂ ਯਾਰ ਇੱਦਾਂ ਹੀ ਲੜਦੇ ਹੁੰਦੇ ਆ ਜਿਵੇਂ ਇਹ ਕਰ ਰਹੇ ਆ ਕਿਉਂਕਿ ਇਹਦੇ 'ਚ ਫਿਲਮ ਹੀ ਕੁਛ ਵੀ ਨਹੀਂ ਆ ਜਿੱਥੇ ਜੱਜ ਜੋ ਬੋਲਦੇ ਹੁੰਦੇ ਆ ਉਹ ਜੱਜ ਬੋਲ ਰਿਹਾ ਵਕੀਲ ਜਿੱਦਾਂ ਲੜਦੇ ਆ ਉਹ ਵਕੀਲ ਲੜ ਰਹੇ ਆ ਔਰ ਕੇਸ ਦੇ ਵਿੱਚ ਜਿਹੜੇ ਵੀ ਗਵਾਹ ਜੋ ਕੁਛ ਹੁੰਦਾ ਬਿਲਕੁਲ ਅਸੀਂ ਨੈਚੁਰਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿੱਥੇ ਫਿਰ ਉਹ ਹਸਾਉਂਦੇ ਆ ਬਾਪ ਬੇਟਾ ਰਲ ਕੇ ਜਾਂ ਆਮ ਨੋਰਮਲ ਲਾਈਫ 'ਚ ਕਿਉਂਕਿ ਇੱਕ ਤਾਂ ਜੱਜ 32-33 ਸਾਲ ਦਾ ਹੋ ਗਿਆ ਉਹਦਾ ਵਿਆਹ ਨਹੀਂ ਹੋ ਰਿਹਾ ਜਿਹੜਾ ਸਭ ਤੋਂ ਵੱਡੀ ਗੱਲ ਇਹਦੇ 'ਚ ਰੌਲਾ ਸ਼ੁਰੂ ਤੋਂ ਸ਼ੁਰੂ ਉੱਥੋਂ ਹੁੰਦਾ ਹੈ ਨਾ ਉਹਨੂੰ ਮਨਾ ਕਰ ਦਿੰਦੇ ਆ ਕੁਛ ਉਹਦਾ ਹੁਲੀਆ ਵਿਚਾਰੇ ਦਾ ਇਹੋ ਜਿਹਾ ਉਹਨੂੰ ਜਿਹੜਾ ਰਿਸ਼ਤਾ ਆਉਂਦਾ ਉਹ ਮਨਾ ਹੋਈ ਜਾਂਦਾ ਸੋ ਕਿਵੇਂ ਉਹਦਾ ਫਿਰ ਵਿਆਹ ਵੀ ਹੁੰਦਾ ਉਹ ਇੱਕ ਅਲੱਗ ਆ ਮਤਲਬ ਉਹ ਇੱਕ ਪੂਰਾ ਇੰਟਰਟੇਨਮੈਂਟ ਉਹਦੇ ਵਿੱਚ ਹੈਗਾ